ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਕਰੀਬ ਸੈਂਕੜੇ ਦਿਨਾਂ ਤੋਂ ਸਰਕਾਰੀ ਜ਼ੋਰ ਜ਼ਬਰ ਤੋਂ ਬੇਪਰਵਾਹ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਮੋਰਚਾ ਮੱਲੀ ਬੈਠੇ ਮੁਜ਼ਾਹਰਕਾਰੀ ਹੈਲੀ ਕਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਬੇਸ਼ੱਕ ਹਟਾ ਲਏ ਗਏ ਨੇ ਪਰ ਪੂਰੇ ਮੁਲਕ ਵਿੱਚ ਵਿਰੋਧ ਦਾ ਪ੍ਰਤੀਕ ਬਣ ਚੁੱਕੇ ਸ਼ਾਹੀਨ ਬਾਗ ਖਿਲਾਫ ਕੱਟੜਵਾਦੀ ਹਿੰਦੂ ਤਵੀ ਤਾਕਤਾਂ ਦੀ ਬੇਤੁਕੀ ਬਿਆਨਬਾਜ਼ੀ ਜਾਰੀ ਹੈ ਅਤੇ ਇਹ ਬੇਲਗਾਮ ਆਗੂ ਇਸ ਦੁੱਖ ਦੀ ਘੜੀ ਚ ਵੀ ਜ਼ਹਿਰ ਉਗਲਣ ਤੋਂ ਬਾਅਦ ਨਹੀਂ ਆ ਰਹੇ ਮੋਰਚਾ ਹਟਾਉਣ ਤੋਂ ਬਾਅਦ ਵਿਸ਼ਵ ਹਿੰਦੂ ਪਰਿਸ਼ਦ ਦੇ ਇੱਕ ਆਗੂ ਵਿਜੇ ਸ਼ੰਕਰ ਤਵਾਰੀ ਦੀ ਟਿੱਪਣੀ ਅੱਜਕੱਲ ਖਾਸੀ ਚਰਚਾ ਵਿੱਚ ਹੈ ਤਵਾਰੀ ਨੇ ਟਵੀਟ ਕੀਤਾ ਹੈ ਲਾਤੋਂ ਕੇ ਬਹੁਤ ਬਾਤੋਂ ਸੇ ਨਹੀਂ ਮੰਨਤੇ ਕਹਾਵਤ ਤਾਂ ਸੱਚੀ ਸਾਬਤ ਹੋ ਗਈ ਹੈ ਅਸਲ ਵਿੱਚ ਦਿੱਲੀ ਦੇ ਸ਼ਾਹੀਨ ਬਾਗ ਚ ਪਿਛਲੇ 100 ਦਿਨਾਂ ਤੋਂ ਚੱਲੇ ਆ ਰਹੇ ਨਾਗਰਿਕਤਾ ਸੂਧ ਕਾਨੂੰਨ ਐਨ ਆਰ ਸੀ ਅਤੇ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਨੂੰ ਮੰਗਲਵਾਰ ਨੂੰ ਖਤਮ ਕਰਵਾ ਦਿੱਤਾ ਗਿਆ ਸੀ ਪਿਛਲੇ ਕਾਫੀ ਸਮੇਂ ਤੋਂ ਪ੍ਰਦਰਸ਼ਨ ਸਥਲ ਖਾਲੀ ਕਰਾਉਣ ਦੀ ਗੱਲ ਹੋ ਰਹੀ ਸੀ ਮੰਗਲਵਾਰ ਸਵੇਰੇ ਭਾਰੀ ਸੰਖਿਆ ਚ ਸੁਰੱਖਿਆ ਬਲਾਂ ਨੇ ਸ਼ਾਹੀਨ ਬਾਗ ਪਹੁੰਚ ਕੇ ਉੱਥੇ ਲੱਗੇ ਮੰਚ ਤਖਤ ਤੰਬੂ ਪੋਸਟਰ ਬੈਨਰ ਸਭ ਹਟਾ ਦਿੱਤੇ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਸੀ ਨਾਗਰਿਕਤਾ ਸੂਧ ਕਾਨੂੰਨ ਲਾਗੂ ਹੋਣ ਤੋਂ ਬਾਅਦ ਤੋਂ ਹੀ ਸ਼ਾਹੀਨ ਬਾਗ ਚਰਚਾ ਵਿੱਚ ਆ ਗਿਆ ਸੀ ਇੱਥੇ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰ ਆਏ ਸਨ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਸੀਏਏ ਤੇ ਐਨਆਰਸੀ ਦੇ ਖਿਲਾਫ ਮੋਰਚਾ ਕ올 ਦਿੱਤਾ ਸੀ ਇਸ ਰੋਸ ਬੁਝਾਰੇ 'ਚ ਔਰਤਾਂ ਨੇ ਪ੍ਰਮੁੱਖਤਾ ਨਾਲ ਹਿੱਸਾ ਲਿਆ ਸੀ ਸ਼ਾਹੀਨ ਬਾਗ ਦੀ ਤਰਜ਼ ਤੇ ਮੁਲਕ ਦੇ ਦੂਜੇ ਹਿੱਸਿਆਂ ਵਿੱਚ ਵੀ ਇਹ ਮੋਰਚੇ ਖੁੱਲੇ ਗਏ ਸਨ ਪੰਜਾਬ ਵਿੱਚ ਵੀ ਥਾਂ ਥਾਂ ਤੇ ਇਸ ਤਰ੍ਹਾਂ ਦੇ ਮੋਰਚੇ ਲੱਗੇ ਸਨ ਅਤੇ ਸਿੱਖ ਭਾਈਚਾਰੇ ਵੱਲੋਂ ਵੀ ਵੱਧ ਚੜ ਕੇ ਇਸ ਮੋਰਚੇ ਵਿੱਚ ਸਾਥ ਦਿੱਤਾ ਗਿਆ ਸੀ ਹੁਣ ਜਦੋਂ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਸਥਾਨ ਖਾਲੀ ਕਰਵਾ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਅਜਿਹੇ ਵਿੱਚ ਵਿਜੀਤ ਸ਼ੰਕਰ ਤਿਵਾਰੀ ਦੇ ਵਿਵਾਦਤ ਬਿਆਨ ਤੇ ਵਿਵਾਦ ਖੜਾ ਹੋ ਗਿਆ ਹੈ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦਿੱਲੀ ਚ ਤਾਰਾ 144 ਲਾਗੂ ਹੈ ਇਸ ਤੋਂ ਬਾਅਦ ਹੀ ਕੁਝ ਲੋਕ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਦੇ ਬੈਠੇ ਸਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਮੁਜ਼ਾਰਾ ਕਾਰੀਆਂ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਸੀ ਆਖਿਰਕਾਰ ਸੋਮਵਾਰ ਨੂੰ ਦਿੱਲੀ ਪੁਲਿਸ ਨੇ ਸਖਤ ਰਵਈਆ ਅਪਣਾਉਂਦੇ ਹੋਏ ਉੱਥੋਂ ਲੋਕਾਂ ਨੂੰ ਹਟਾ ਦਿੱਤਾ ਸੀ ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਬੱਚਿਆਂ ਦੇ ਵੀਜ਼ਾ ਐਲਓਆਰਸ ਐਸਓਪੀ ਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ 에어ਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਨ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ